ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਵੈਦ ਮਲਕੀਤ ਬੰਦਾ। ਤੁਸੀਂ ਵੀਰ ਨੂੰ ਦੇਖ ਰਹੇ ਹੋ, ਹੈ ਨਾ ਜੀ। ਇਹਦੇ ਦੋ ਤੋਂ ਤਿੰਨ ਸਰਜਰੀਆਂ ਇਹਦੀਆਂ ਹੋ ਚੁੱਕੀਆਂ ਨੇ, ਅਤੇ ਪਿੰਡ ਰਾਮਗੜ੍ਹ ਜਵੰਦਾ, ਤਹਿਸੀਲ ਸੁਨਾਮ, ਡਿਸਟ੍ਰਿਕਟ ਸੰਗਰੂਰ ਦਾ ਬਾਈ ਰਹਿਣ ਵਾਲਾ, ਆਪਣੇ ਪਿੰਡ ਦਾ ਹੀ ਆ। ਕਾਫੀ ਗਰੀਬ ਘਰੋਂ ਹੈ। 3 ਤੋਂ 4 ਸਰਜਰੀਆਂ ਜਿਹੜੀਆਂ ਇਹਦੀਆਂ ਲੱਤ ਦੀਆਂ ਹੋ ਚੁੱਕੀਆਂ ਨੇ, ਰਾੜ ਰੂੜ ਕਾਫੀ ਪਏ ਹੋਏ ਨੇ। ਅਤੇ ਇਹ ਇਹਦਾ ਘਰ ਹੈ ਵੀਰ ਦਾ। ਤੇ ਇਹ ਵਿਚਾਰਾ, ਮੰਨ ਲਓ ਤੁਸੀਂ, ਇੱਕ ਭੁੱਖਾ ਮਰਦਾ ਹੈ ਨਾ, ਤੇ ਇਹਨੂੰ ਬਸ ਕਿਤੋਂ 5,000 ਮਿਲਿਆ ਸੀ, ਤਾਂ ਇਹ ਬਸ ਚੈੱਕਅਪ ਕਰਵਾ ਕੇ ਆਇਆ। ਇਹਦੀ ਹੁਣ ਸਰਜਰੀ ਹੋਣੀ ਹੈ, ਤੁਸੀਂ ਦੇਖ ਰਹੇ ਹੋ ਨਾ, ਉਰੇ ਰੋਡਸ ਪਏ ਹੋਏ ਸੀ ਇਹਦੇ। ਤੇ ਇਹਨੂੰ ਡਰ ਹੈ ਵੀਰ ਨੂੰ, ਅਗਰ ਇਹਦੀ ਸਰਜਰੀ ਨਾ ਹੋਈ, ਨੈਕਸਟ ਸਰਜਰੀ ਜਿਹੜੀ ਹੋਣੀ ਹੈ, ਇਹਨੂੰ ਡਰ ਹੈ, ਕਹਿੰਦਾ ਮੇਰੀ ਲੱਤ ਨਾ ਵੜ ਜੇ, ਡਾਕਟਰਾਂ ਨੇ ਇਹਨੂੰ ਕਿਹਾ ਹੋਣਾ। ਇਹ ਮੰਨ ਲਓ ਸਾਲ 1.5 ਸਾਲ ਤੋਂ ਐਵੇਂ ਹੈ ਨਾ ਬੈੱਡ ਤੇ ਹੀ ਪਿਆ, ਕਮਾਉਣ ਵਾਲਾ ਕੋਈ ਹੈ ਨਹੀਂ ਇਹਦੇ। ਇਹਦੇ ਬਾਪ ਦੀ ਜਿਹੜੀ ਹੈ ਨਾ, ਇਹਦਾ ਫਾਦਰ ਸਾਹਿਬ ਨੇ, ਉਹਦੀ ਵੀ ਲੱਤ ਟੁੱਟੀ ਹੋਈ ਸੀ, ਤੁਹਾਨੂੰ ਵੀਡੀਓ ਦੇ ਵਿੱਚ ਦੇਖੋਗੇ ਹੈ ਨਾ, ਉਹਦੀ ਵੀ ਲੱਤ ਟੁੱਟੀ ਹੋਈ ਸੀ। ਉਹ ਵੀ ਕਾਫੀ ਤਕਲੀਫ 'ਚ ਨੇ, ਉਹ ਵੀ ਕੋਈ ਦਿਹਾੜੀ ਕਰਨ ਜੋਗਾ ਨਹੀਂ ਹੈਗਾ, ਜਿਹੜਾ ਇਹਦਾ ਭਾਈ ਆ ਉਹ ਅੱਡ ਹੈ। ਅਤੇ ਇਹਨੇ ਆਪਦੀ ਮਿਸਜ ਵੀ ਜਿਹੜੀ ਹੈ ਨਾ ਪੇਕੇ ਤੌਰ 'ਤੇ ਆਪਦੇ ਘਰ, ਕਿਉਂਕਿ ਖਾਣ ਨੂੰ ਕੁਛ ਹੈ ਨਹੀਂ, ਜਿਹੜਾ ਵੀਰ ਇਹਦੀ ਹੈਲਪ ਕਰ ਸਕਦਾ ਹੈ ਨਾ, ਤੁਹਾਨੂੰ ਅਕਾਊਂਟ ਨੰਬਰ ਦੀ ਫੋਟੋ ਲਗਾ ਦਿੱਤੀ ਗਈ ਹੈ, ਪਲੀਜ਼ ਹੈਲਪ ਜ਼ਰੂਰ ਕਰ ਦਿਓ, ਤਾਂ ਕਿ ਲੱਤ